Let's begin with your poem Song 36 from Gitanjali. ਬੇਟਾ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਰਬਿੰਦਰਨਾਥ ਟੈਗੋਰ ਜੋ ਨੇ ਉਹ ਕੌਣ ਸੀ? He was the first Indian Nobel laureate ਜਿਨ੍ਹਾਂ ਨੇ ਕਿ ਲਿਟਰੇਚਰ ਦੇ ਵਿੱਚ ਨੋਬਲ ਪ੍ਰਾਈਜ਼ ਲਿਆ ਸੀ ਲਿਟਰੇਚਰ ਦੇ ਲਈ। ਉਹਨਾਂ ਨੇ ਇੱਕ ਕਲੈਕਸ਼ਨ ਆਫ ਪੋਇਮਸ ਸੀ ਉਹਨਾਂ ਦੀ ਗੀਤਾਂਜਲੀ ਜਿਦੇ ਵਿੱਚੋਂ ਕਿ ਇਹ ਇੱਕ ਪੋਇਮ ਸਾਨੂੰ यहां गैलो एक सॉन्ग ਸਾਡੇ ਸਿਲੇਬਸ ਦੇ ਵਿੱਚ গিਵਨ ਹੈ ਐਂਡ ਵਿੱਚ ਵੀਲ ਬੀ ਡਿਸਕਸਿੰਗ ਨਾਉਨ ওকে ਪੋएट ਦੇ ਬਾਰੇ ਜਦੋਂ ਆਪਾਂ ਜਾਣ ਲੈਨੇ ਆ ਉਦੋਂ ਆਪਾਂ ਨੂੰ ਥੋੜਾ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਪੋਇਟਰੀ ਲਿਖੇਗਾ ਆ ਰਾਈਟ ਨਾਉ ਹੀ ਇਜ਼ ਅ ਬੰਗਾਲੀ ਪੋएट ਬੰਗਾਲੀ ਹੁੰਦੇ ਕਰਕੇ ਜੋ ਇਹਨਾਂ ਦੀਆਂ ਕ੍ਰੀਏਸ਼ਨਸ ਸਿਗੀਆਂ ਮੋਸਟ ਆਫ ਦ ਕ੍ਰੀਏਸ਼ਨਸ অর ਰਾਈਟਿੰਗਸ ਦੋਜ਼ ਵਰ ਰਿਟਨ ਇਨ ਦੀ ਮਦਰ ਟੰਗ ਓਨਲੀ ਉਹਨਾਂ ਦੀਆ ਹੀ ਹੀ ਹਿਮਸੈਲਫ translated the collection of his own poems gitanjali uh, jinu ke unanne naam ditta an offering of songs it was published in 1912 te 1913 de vich unanu nobel prize milya literature de layi <laughs> hor ik bahut important gal jo apan nu rabindranath tagore bare pata honi chahidi hai is that the author of the indian national anthem as well as the national anthem of bangladesh matlab ke rabindranath tagore jehde ne o indian national anthem de author ne indian national anthem jehdi apni national anthem hai o rabindranath tagore di likhi hui hai aur bangladesh di bhi national anthem unna di hi likhi hui hai now when we talk about god the almighty ik eh jehi ਇਹ ਜਿਹੜਾ ਪਰਸਨ ਕੀ ਕਵਾਂਗੇ ਪਰਸਨ ਕਵਾਂਗੇ ਇੱਕ ਲਾਈਟ ਇੱਕ ਐਗਜ਼ਿਸਟੈਂਸ ਸਮਥਿੰਗ ਵਿਚ ਵੀ ਕੈਨੋਟ ਇਮੇਜਿਨ ਸਮਥਿੰਗ ਵੀ ਕੈਨ ਨੋਟ ਬੀ ਮੇਬੀ ਉਹਨੂੰ ਆਪਾਂ ਗੋਡ ਕਹਿੰਦੇ ਆ ਵਿਚ ਇਜ਼ ਆਲ ਸੁਪਰੀਮ ਵਿਚ ਇਜ਼ ਆਲ ਪਾਵਰਫੁਲ ਓਮਨੀਪ੍ਰੈਸੈਂਟ ਹੈਨਾ ਸਾਰੇ ਪਾਸੇ ਮੌਜੂਦ ਹੋਣ ਵਾਲਾ ਆਪਾਂ ਉਹਨੂੰ ਪਰਮਾਤਮਾ ਕਹਿੰਦੇ ਆ ਹੁਣ ਇਸ ਇਹ ਜਿਹੜੀ ਪੋਇਮ ਹੈ ਬੇਟਾ ਦਿਸ ਪੋਇਮ ਇਜ਼ ਬੇਸਿਕਲੀ ਕੈਨ ਬੀ ਕਨਸਿਡਰਡ ਅ ਪ੍ਰੇਅਰ ਐਸ ਵੈਲ ਵਿਚ ਵੀ ਕੈਨ ਰਿਸਾਈਟ ਡੇਲੀ ਜਦੋਂ ਆਪਾਂ ਆਪਣਾ ਪਾਠ ਪੂਜਾ ਕਰਦੇ ਆ ਜਿੱਥੇ ਵੀ ਰਿਲੀਜੀਅਸ ਪਲੇਸ ਤੇ ਜਾ ਕੇ ਕਰੋ ਜਾਂ ਘਰ ਦੇ ਵਿੱਚ ਕਰੀਏ ਆਪਾਂ ਉਹ ਕਾ ਪਾਠ ਪੂਜਾ ਕਰਦੇ ਆ ਉਹਦੇ ਵਿੱਚ ਇਹ ਪ੍ਰੇਅਰ ਕੈਨ ਬੀ ਇਨਕਲੂਡਡ ਬਿਕੋਜ਼ ਦ ਪੋਇਟ ਹੈਜ਼ ਇਮਫਸਾਈਜ਼ਡ ਔਨ ਦ Strength God has and the power He can bestow on the human beings. Right? Like the poet himself has written, it, this is about the poem, the editors of the book have mentioned it. In this poem, the poet prays that the roots of weakness which act as barriers between Him and the everlasting. all encompassing love of the supreme being be removed har koi person har dharm har granth sanu jo granth hai wo ehi sikhanda hai ke ultimately assi us parmatma de naal e jo aatma hai e us parmatma de naal mil jayegi ode vich leen ho jayegi usi tarah hi is poem de vich vi poet ne ki gal karni hai ke parmatma onu enni shakti deve ke ode andar ਕਿਹੜੀਆਂ ਵੀਕਨੈਸਸਿਸ ਨੇ ਉਹ ਉਹਨਾਂ ਦੀ ਜੜਾਂ ਇੰਡੀਆਂ ਵੱਡੀਆਂ ਹੋ ਗਈਆਂ ਹੋਈਆਂ ਨੇ ਕਿ ਉਹ ਇੱਕ ਬੈਰੀਅਰ ਬੈਰੀਅਰ ਮਤਲਬ ਇੱਕ ਰੁਕਾਵਟ ਬਣ ਗਈਆਂ ਹੋਈਆਂ ਉਸ ਪ੍ਰਭੂ ਪਰਮਾਤਮਾ ਦੇ ਔਰ ਉਹਦੇ ਮਿਲਣ ਦੇ ਰਸਤੇ ਦੇ ਵਿੱਚ ਤੇ ਪਰਮਾਤਮਾ ਉਹਨੂੰ ਇੰਨੀ ਹਿੰਮਤ ਦਵੇ ਕਿ ਇਹ ਸਾਰੀਆਂ ਵੀਕਨੈਸਸਿਸ ਰਿਮੂਵ ਹੋ ਜਾਣ ਹੀ ਪ੍ਰੇਸ ਦੱਟ ਹੀ ਬੀ ਮੇਡ ਸਟਰੋਂਗ ਇਨਫ ਟੂ ਐਕਸੈਪਟ ਜੋਏ ਐਂਡ ਸੋਰੋ ਇਨ ਦ ਸੇਮ ਵੇ

ਪਰ ਮਾਤਮਾ ਉਹਨੂੰ ਇੰਨੀ ਸ਼ਕਤੀ ਦੇਵੇ ਇੰਨੀ ਹਿੰਮਤ ਦੇਵੇ ਸਟਰੈਂਥ ਦੇਵੇ ਕਿ ਉਹ ਜੋਏ ਤੇ ਸੋਰੋ ਨੂੰ ਇਕੁਅਲ ਰੱਖੇ ਮੀਨਜ਼ ਜਦੋਂ ਬਹੁਤ ਖੁਸ਼ੀਆਂ ਆਉਣ ਉਦੋਂ ਬਹੁਤ ਜ਼ਿਆਦਾ ਖੁਸ਼ ਹੋ ਕੇ ਦিন ਦੁਨੀਆ ਤੋਂ ਅਲੱਗ ਨਾ ਹੋ ਜਵੇ ਇਸ ਤਰ੍ਹਾਂ ਨਾ ਹੋਵੇ ਕਿ ਉਹਦੇ ਅੰਦਰ ਇੱਕ ਸੈਲਫਿਸ਼ ਭਾਵਨਾ ਪੈਦਾ ਹੋ ਜਾਵੇ ਉਹ ਗਰੀਡੀ ਹੋ ਜਾਵੇ ਔਰ ਜਦੋਂ ਦੁੱਖ ਆਵੇ ਉਦੋਂ ਇਸ ਤਰ੍ਹਾਂ ਨਾ ਹੋਵੇ ਕਿ ਉਹ ਡਿਪਰੈਸ਼ਨ ਚ ਚਲਾ ਜਾਵੇ ਔਰ ਉਹਨੂੰ ਕਿਸੇ ਦੀ ਵੀ ਚਿੰਤਾ ਹੀ ਨਾ ਰਵੇ ਫਿਕਰ ਹੀ ਨਾ ਰਵੇ ਔਰ ਉਹ ਪ੍ਰਮਾਤਮਾ ਨੂੰ ਭੁੱਲ ਜਾਏ ਇਸ ਲਈ ਦੋਨੋਂ ਕੰਡੀਸ਼ਨਸ ਦੇ ਵਿੱਚ ਉਹ ਇੱਕ ਬੈਲੈਂਸ ਰੱਖਣ ਲਈ ਕਹਿ ਰਿਹਾ ਥੈਨ ਟੂ ਹੈਵ ਦਾ ਬਿਗ ਹਾਰਟਡਨੈਸ ਟੂ ਸਰਵ ਪੀਪਲ ਵਿਦ ਲਵ ਕਿ ਲੋਕਾਂ ਨੂੰ ਉਹ ਬਹੁਤ ਪਿਆਰ ਨਾਲ ਸਰਵ ਕਰੇ ਕਦੀ ਕਿਸੇ ਨੂੰ ਡਾਂਟੇ ਨਾ ਮਾਰੇ ਨਾ ਕਿਸੇ ਨਾਲ ਲੜਾਈ ਨਾ ਕਰੇ ਨੈਵਰ ਟੂ ਸਕੌਨ ਦਾ ਪੋਰ ਜਿਹੜੇ ਗਰੀਬ ਲੋਕ ਨੇ ਹੁਣ ਕਿਹੜੇ ਗਰੀਬ ਲੋਕ ਇੱਥੇ ਉਹ ਪੈਸੇ ਤੋਂ ਗਰੀਬ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਸਿਰਫ ਉਹ ਦੋ ਤਰ੍ਹਾਂ ਦੇ ਗਰੀਬ ਲੋਕਾਂ ਦੀ ਗੱਲ ਕਰ ਰਿਹਾ ਬੱਚੇ ਹੀ ਇਸ ਟਾਕਿੰਗ ਅਬਾਊਟ ਦਾ ਪਰਸਨ ਹੂ ਇਜ਼ ਪੂਰ ਬਿਕਾਜ਼ ਹੀ ਡਸ ਨੋਟ ਹਿਅਰ ਸ਼ੀ ਡਸ ਨੋਟ ਹੈਵ ਮਨੀ ਐਂਡ ਦ ਸੈਕੰਡ ਇਜ਼ ਅ ਪਰਸਨ ਇਜ਼ ਪੂਰ ਬਿਕਾਜ਼ ਹੀ ਇਜ਼ ਨੋਟ ਕਲੋਜ਼ ਟੂ ਦਾ ਆਲਮਾਈਟੀ ਨਾਓ ਉਦੇ ਮਨ ਦੇ ਵਿੱਚ ਗਰੀਡ ਆ ਚੁੱਕੀ ਹੈ ਲਾਲਚ ਆ ਚੁੱਕਿਆ ਹੈ ਉਹ ਭੁੱਲ ਚੁੱਕਿਆ ਹੈ ਕਿ ਪਰਮਾਤਮਾ ਨਾਮ ਦੀ ਜੋ ਸ਼ਕਤੀ ਹੈ ਨਾ ਉਹਨੇ ਹੀ ਸਭ ਨੂੰ ਬਣਾਇਆ ਹੈ ਤੇ ਉਹ ਕਹਿੰਦਾ ਕਿ ਜਿੱਦਾਂ ਦਾ ਵੀ ਪਰਸਨ ਹੋਵੇ ਮੈਨੂੰ ਕੋਈ ਡਿਫਰੈਂਸ ਨਾ ਹੋਵੇ ਕਿ ਮੇਰੇ ਸਾਹਮਣੇ ਕਿੱਦਾਂ ਦਾ ਬੰਦਾ ਖੜਾ ਹੈ ਬਸ ਮੈਂ ਹਰ ਕਿਸੇ ਨੂੰ ਪਿਆਰ ਨਾਲ ਹੀ ਬੋਲਾਂ ਪਿਆਰ ਨਾਲ ਹੀ ਗੱਲ ਕਰਾਂ ਐਂਡ ਟੂ ਰਾਈਜ਼ ਅਬੋਵ ਆਲ ਪੈਟਨੈਸ ਜੋ ਵੀ ਮਤਲਬ ਛੋਟੀਆਂ-ਮੋਟੀਆਂ ਲੜਾਈਆਂ ਝਗੜੇ ਨੇ ਗੱਲਾਂ ਨੇ ਉਹਨਾਂ ਤੋਂ ਉਹ ਉੱਪਰ ਉੱਠ ਜਾਵੇ He wants to be gifted with the spirit of surrender to the Almighty.